ਹੈਲੋ ਜੀ, ਤੁਹਾਡੇ ਸਾਰੇ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ। ਮੈਂ ਠੀਕ ਹਾਂ, ਸਾਰੇ ਵੀ ਠੀਕ ਹੋ ਗਏ? ਨਵੇਂ ਦਿਨ ਦੇ ਨਾਲ ਨਵੇਂ ਵਲੌਗ ਦੀ ਕਰਦੇ ਹਾਂ ਸ਼ੁਰੂਆਤ। ਅਤੇ ਘਰ ਤੋਂ ਨਿਕਲ ਚੁੱਕੇ ਹਾਂ, ਰੇਡੀ ਸ਼ੇਡੀ ਹੋ ਕੇ। ਅੱਜ ਦੇ ਪਲੈਨ ਇਸ ਤਰ੍ਹਾਂ, ਆਪਾਂ ਜਾ ਰਹੇ ਹਾਂ ਪੂੰਛ 'ਚ, ਅਤੇ ਆਲਮੋਸਟ ਅਖਨੂਰ ਪਹੁੰਚ ਗਿਆ। ਤੇਲ ਵਗੈਰਾ ਫੁੱਲ ਕਰਾ ਲਿਆ 25 ਡੱਬੇ ਦਾ, ਡਿੱਗੀ ਫੁੱਲ ਹੈ, ਚੱਲਦੇ ਹਾਂ। ਲਓ ਜੀ, ਪੁੱਜ ਗਏ ਹਿੱਲੀ ਏਰੀਏ 'ਚ, ਅਤੇ ਅਸੀਂ ਆਸਤਾ ਆਸਤਾ ਮਸਤੀ ਨਾਲ ਚੱਲ ਰਹੇ ਹਾਂ। ਇੰਨੀ ਸਪੀਡ ਦੀ ਲੋੜ ਨਹੀਂ ਹੈ, ਸਭ ਨੂੰ ਇੰਜੋਏ ਕਰਦੇ ਚੱਲਣਾ। ਲਓ ਜੀ, ਬੱਸ ਸਟੋਪ ਲੈ ਲਿਆ ਅਤੇ ਰੁਕਿਆ ਥੋੜ੍ਹੀ ਦੇਰ ਰਸਤੇ, ਅੱਗੇ ਵੋਮਿਟਿੰਗ ਨਾ ਹੋ ਜਾਣ। ਅਤੇ ਚੱਕ ਕਰੋ ਵੀ ਉਹ ਕਿਆ ਮਸਤੀ ਵੀ ਹੈ। ਗੱਦਰ ਫਿਲਮ ਦੇ ਵਿੱਚ ਵੀ ਦੋਨੋਂ ਸਾਈਡ ਵੱਡੀ ਸੀ, ਸੈਂਟਰ ਤੋਂ ਟ੍ਰੇਨ ਜਾ ਰਹੀ ਸੀ। ਬਹੁਤ ਵਧੀਆ, ਇੱਕ ਨੰਬਰ ਮੌਸਮ ਹੈ। ਆ ਗਏ ਮੰਕੀ, ਮੰਕੀ ਇਹ ਨਿਕਲੀ ਪੈਟਰੋਲਿੰਗ। ਮੌਸਮ ਚੱਕ ਰਿਹਾ ਯਾਰ, ਮੌਸਮ ਮਜ਼ਾ ਆ ਗਿਆ, ਮਜ਼ਾ ਮਜ਼ਾ ਫੁੱਲ ਮਜ਼ਾ। ਰੋਡ ਇੱਕ ਨੰਬਰ, ਥੋੜੀ ਜਿਹੀ ਪਿੱਛੇ ਖਰਾਬ ਸੀ, ਇੱਥੇ ਇੱਕ ਨੰਬਰ। ਵਾਦੀਆਂ ਦੇ ਨਜ਼ਾਰੇ ਲੈ ਰਿਹਾ, ਵਧੀਆ ਨਜ਼ਾਰੇ ਲੈਣ ਅਸੀਂ ਇੱਥੇ ਆਇਆ ਸੀ। ਬਹੁਤ ਜ਼ਿਆਦਾ ਗਰਮੀ ਸੀ ਜੰਮੂ, ਮੈਂ ਚਲੋ ਗੱਡੀ ਪਹੁੰਚ ਗਈ ਹੈ ਪਹੁੰਚ। ਲਓ ਜੀ, ਦੇਖੋ ਲੋਕਾਂ ਨੇ ਕਿੰਨੀ ਚਿੱਤਰਕਾਰੀ ਕੀਤੀ ਸੀ ਪਹਾੜਾਂ 'ਤੇ, ਕਿਸੇ ਨੇ ਕੋਈ ਨਾਂ ਲਿਖਿਆ ਸੋਨੀ। ਵਿਊ ਚੱਕ ਕਰੋ, ਵਾਹ ਯਾਰ, ਚੱਕ ਕਰੋ ਨਜ਼ਾਰੇ। ਛੋਟੀ ਨੂੰ ਥੋੜ੍ਹੀ ਜਿਹੀ ਵੋਮਿਟਿੰਗ ਹੋ ਗਈ ਹੈ ਨਾ, ਹਿੱਲੀ ਏਰੀਆ 'ਤੇ ਤਾਂ ਕਰਕੇ ਰੁਕਿਆ ਸੀ, ਸੈਕਿੰਡ ਸਟੋਪ ਲਿੱਤਾ। 5-7 ਮਿੰਟ ਰੁਕਦੇ ਹਾਂ ਫਿਰ ਚੱਲਦੇ ਹਾਂ। ਦੇਖੋ ਸਾਈਡ ਤੋਂ ਚੱਕ ਕਰ ਸਕਦੇ, ਲੈਂਡ ਸਲੈਂਡਿੰਗ ਕਿੰਨੀ ਹੋਈ ਹੈ, ਇਹ ਵੀ ਚੱਕ ਕਰੋ। ਛੋਟੀ ਛੋਟੀ ਲੈਂਡ ਸਲੈਂਡਿੰਗ ਬਹੁਤ ਜਗ੍ਹਾ ਹੋਈ ਹੋਈ ਹੈ, ਬਾਰਿਸ਼ ਦਾ ਟਾਈਮ ਹੈ। ਸੋ ਸਾਰਿਆਂ ਨੂੰ ਰਿਕੁਐਸਟ ਹੈ, ਜਿਹੜਾ ਕੋਈ ਹਿੱਲੀ ਏਰੀਆ ਜਾਂਦਾ ਵੀ ਉਹਨੇ ਜਗ੍ਹਾ 'ਤੇ ਨਾ ਹੀ ਰੁਕਿਆ ਜਾਏ ਤਾਂ ਚੰਗੀ ਗੱਲ ਹੈ, ਸੇਫ ਜਗ੍ਹਾ 'ਤੇ ਰੁਕੋ। ਜਿੰਨੀ ਜਲਦੀ ਨਿਕਲੋ, ਆਰਾਮ ਨਾਲ ਨਿਕਲੋ, ਕਾਹਲੀ ਨਾ ਕਰੋ। ਬਹੁਤ ਜਗ੍ਹਾ ਦੇ ਪਿੱਛੇ ਬਹੁਤ ਜਗ੍ਹਾ ਲੈਂਡ ਸਲੈਂਡਿੰਗ ਹੋਈ ਹੈ, ਇਹ ਚੱਕ ਕਰੋ। ਬਹੁਤ ਜ਼ਿਆਦਾ ਲੈਂਡ ਸਲੈਂਡਿੰਗ ਜਿਹੜੀ ਹੋਈ ਦੀ ਹੈ। ਚਲੋ ਅੱਗੇ ਮਿਲਦੇ ਹਾਂ ਸੇਫ ਜਗ੍ਹਾ 'ਤੇ ਜਾ ਕੇ।
ਸਪੀਡ ਗੱਡੀ ਦੀ ਬਿਲਕੁਲ ਸਲੋਅ ਰੱਖੋ, ਜਿੰਨੀ ਸਲੋਅ ਚਲਾ ਸਕਦੇ ਆਪ, ਬਿਲਕੁਲ ਸਲੋਅ ਰੱਖੀ, 20-25 ਸਪੀਡ। ਬਾਈ ਕਿੰਨਾ ਸੋਹਣਾ ਪਹਾੜ ਹੈ, ਲੱਗਦਾ ਪਹਾੜ ਦਾ ਕਲਰ ਹੀ ਹੋਵੇ, ਪਰ ਇਹ ਕਲਰ ਨਹੀਂ ਹੈ, ਇਹ ਫੌਜੀ ਨੇ ਜਾਲ ਪਾਇਆ ਹੋਇਆ, ਜਾਲ ਦੇ ਅੰਦਰ ਗ੍ਰੀਨ ਕਲਰ ਦਾ ਕੱਪੜਾ ਹੈ। ਅਤੇ ਆਲਮੋਸਟ ਅਸੀਂ ਰਜੌਰੀ ਪਹੁੰਚਣ ਵਾਲੇ ਹਾਂ, ਮੌਸਮ ਅਜੇ ਵੀ ਵਧੀਆ, ਕੋਈ ਜ਼ਿਆਦਾ ਗਰਮੀ ਨਹੀਂ ਹੈ, ਟਾਈਮ ਹੋਇਆ 8:50। ਅਤੇ ਕੋਸ਼ਿਸ਼ ਹੈ, ਅਸੀਂ ਆਰਾਮ ਨਾਲ ਚੱਲ ਰਹੇ ਹਾਂ, ਲੱਗਦਾ 12 ਵਜੇ ਤੱਕ ਪਹੁੰਚ ਜਾਵਾਂਗੇ, ਪਹੁੰਚ ਰੁਕਦੇ ਕਿ ਖਾਂਦੇ ਪੀਂਦੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ। ਲਓ ਜੀ ਰੋਟੀ ਖਾਣ ਤੋਂ ਰੁਕਿਆ, ਰੋਟੀ ਪਾ ਲਈਏ, ਫਿਰ ਪਨੀਰ ਦੀ ਦਾਲ ਸਬਜ਼ੀ ਅਤੇ ਚਾਰ ਸਲਾਦ ਨਾਲ ਰੋਟੀ ਖਾ ਕੇ ਫਿਰ ਮਿਲਦੇ ਹਾਂ। ਆਲਮੋਸਟ ਪਹੁੰਚ ਚੁੱਕਿਆ ਅਸੀਂ, ਦੋਨੋਂ ਕ੍ਰਾਸ ਕਰ ਲਿਆ, 50 ਮਿੰਟ ਪਹੁੰਚਣ ਵਾਲੇ ਹਾਂ। ਅਤੇ ਗ੍ਰੀਨਰੀ ਬਹੁਤ ਜ਼ਿਆਦਾ ਹੈ, ਪਹਾੜੀ ਜਿਹੀ ਏਰੀਆ ਮਤਲਬ ਤੋਂ ਸਟਾਰਟ ਹੋ ਗਿਆ, ਉਹ ਥੋੜ੍ਹਾ ਪਲੇਨ ਏਰੀਆ, ਗੱਡੀ ਸਪੀਡ ਵੀ 10-20-30 ਤੱਕ ਹੀ ਰਹਿ ਰਹੀ ਹੈ, ਜ਼ਿਆਦਾ ਫਾਸਟ ਨਹੀਂ ਹੈ। ਇਹ ਗੱਲ ਹੈ ਕਿ ਗ੍ਰੀਨਰੀ ਬਹੁਤ ਜ਼ਿਆਦਾ ਇੱਧਰ, ਪਿੱਛੇ ਰੋਡ ਬਹੁਤ ਜ਼ਿਆਦਾ ਹੈ, ਇਹਦੇ ਕਾਰਨ ਟਾਈਮ ਵੀ ਬਹੁਤ ਲੱਗ ਗਿਆ। ਬਹੁਤ ਜ਼ਿਆਦਾ ਕੀ ਸੀ, ਉਹ ਆਰਮੀ ਦੀ ਗੱਡੀਆਂ ਆ ਰਹੀ ਸੀ, ਅੱਛਾ ਰੋਡ ਬੰਦ ਕੀਤੀ ਗਈ ਸੀ। ਚਲੋ ਫਿਰ ਅੱਗੇ ਮਿਲਦੇ, ਆਰਮੀ ਏਰੀਆ ਆ ਗਿਆ। ਪਹੁੰਚ ਗਿਆ ਸ਼ੋਰੂਮ, ਫੋਰਡ ਕੋਲ ਕੰਮ ਲੱਗਦਾ, ਗੱਡੀਆਂ ਖੜੀਆਂ ਕੀਤੀ ਗਈਆਂ ਸਾਈਡ ਤੇ ਲਗਾ ਦਿੱਤੀਆਂ, ਮਸ਼ੀਨ ਚੁੱਕ ਕੇ ਕਰੇਨ ਤੇ ਕਰਦੇ ਆ ਵੇਟ। ਦੇਖੋ ਕੁਝ ਦੀ ਰੋਡ ਵੀ ਚੱਲਦੇ ਆ, ਚੱਲ ਕੋ ਆਏ ਕੁਕੂ ਮਾਏ, 2 ਮਿੰਟ ਦੀ ਉਲਟੀਆਂ, 2 ਮਿੰਟ ਹੀ, ਬੜਾ ਗੰਡਾ ਹੋ ਗਿਆ ਤੂੰ, ਬੜਾ ਗੰਡਾ ਹੋ ਗਿਆ, ਕਦੇ ਉਲਟੀਆਂ। ਲੈਂਡਸਲਾਈਡਿੰਗ ਦੇਖ ਸਕਦੇ ਹੋ, ਕਿੰਨੀ ਲੈਂਡਸਲਾਈਡਿੰਗ ਹੋਈ ਦੀ ਇੱਥੇ, ਸਾਰੀ ਰੋਡ ਟੁੱਟੀ ਦੀ ਹੈ, ਬਹੁਤ ਜ਼ਿਆਦਾ ਜਾਮ ਸੀ। ਵੈਲਕਮ ਟੂ ਪੁੰਛ, ਚੈੱਕ ਕਰੋ ਪੁੰਛ ਪੁੱਜ ਗਿਆ ਬਾਈ ਸੇਫਲੀ। ਤੁਹਾਨੂੰ ਦਿਖਾਉਂਦੇ ਆ ਪੁਰਾਣਾ ਗੇਟ ਪੁੰਛ ਦਾ, ਬਾਜ਼ਾਰ 'ਚ ਬੱਸ ਸਟੈਂਡ ਐਂਟਰ ਹੁੰਦਾ, ਓਲਡ ਕਿਲਾ
ਇਹ ਹੈ ਰਾਜਿਆਂ ਦਾ ਕਿੰਨਾ ਚੱਕਰ ਪਹੁੰਚਦੀ ਸ਼ਾਮ ਚਲੋ ਮਿਲ ਜਾ ਤੁਹਾਨੂੰ ਇੱਕ ਸਵਾਰੀ ਜਿਹੜੀ ਡ੍ਰਾਪ ਕਰ ਲਈ ਹੈ ਤੇ ਤੁਹਾਨੂੰ ਮਿਲ ਜਾ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਬਸ ਠੀਕ ਆ। ਲੋ ਜੀ, ਫਾਈਨਲ ਰੀਚ, ਪਹੁੰਚ ਗਿਆ। ਕੌਣ ਹੈ? ਜਾਨ ਰੋਵੇ ਥੋੜੀ ਜਿਹੀ। ਮੈਂ ਪੱਕਾ ਉਲਟੀ ਪਹਿਲੇ ਰੰਗ ਸੇ ਪੇਸ਼ ਕਰਨੀ ਹੈ। ਮੇਰੀ ਬੜਾ ਸੀ, ਮੇਰੇ ਬੜਾ ਵੀ ਦੁੱਖ ਆ। ਆਪ ਦੂਪ ਮੇ ਕਿਆ ਕਰ ਰਹੇ? ਦੂਪ ਮੇ ਗਏ ਪਹੁੰਚ ਵੀ ਗਏ ਸੀ ਤੁਹਾਨੂੰ ਕਿਉਂ ਆ ਰਹੇ? ਇਹਦੀ ਵੀਡੀਓ ਬਣਾ ਦੀ ਮੈਨੇ। ਬਸ ਚੱਲ ਤੂੰ ਲੂਡੋ ਇਧਰ ਚਲਦੀ ਹੈ ਮਸਤੀ, ਔਰ ਇਧਰ ਹੋ ਰਹੀ ਹੈ ਰੈਸਟ।